वाहेगुरु जी का खालसा, वाहेगुरु जी की फतेह, जय श्री राम, सलाम वालेकुम, हालेलुया। ये देखो जिदा स्टेडियम बनया हुंदा ना, एदा चारे पासे वो गोल गोल एदा बनया होया, ते वो बचाले कुछ बत्तक भी है, उन्होंने दी फोटो खेदा। ये मैं भी इधर आया नहीं सी, पहला मैं आप अज आया, मैं लंघता होया, मेरी निगाह पै गई। देखो जी उदा देखने भी बहुत वधिया लग रहा, स्टेडियम दे वांगू बनया होया, ते छां सूरज भी हुण संतरी होण करके पानी दे विच बहुत वधिया दिख रहा। उत्थे गर्मियां दे विच भी जिद्दां धुप हुंदी आ ते इत्थे चादरां विछा के इत्थे पैंदे होणगे। चलो हुण ते सियाल करके बस सिर्फ वॉक लई इत्थे आउंदे आ तुरन फिरन लई। ਅਤੇ ਪਹਿਲਾਂ ਵਾਲੇ ਵਲੋਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਅਤੇ ਇੱਦਾਂ ਹੀ ਜਿੱਦਾਂ ਜੇ ਕੋਈ ਤੁਹਾਨੂੰ ਚੀਜ਼ ਲੱਗਦੀ ਆ ਵੀ ਹਾਂ ਇਹ ਸਹੀ ਹੋ ਸਕਦੀ ਆ, ਅਤੇ ਆਪਦਾ ਸੁਝਾਅ ਜ਼ਰੂਰ ਦਿਆ ਕਰੋ। ਇਹ ਜਿਹੜੇ ਵੱਡੇ ਵੱਡੇ ਜਾਨਵਰ ਆ, ਇਹ ਨਹੀਂ ਮੈਨੂੰ ਪਤਾ ਲੱਗਿਆ ਵੀ ਇਹ ਕੀ ਆ, ਕੀ ਨਾਮ ਹੈ ਇਹਨਾਂ ਦਾ। ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਜ਼ਰੂਰ ਲਿਖਿਓ ਵੀ ਇਹਨਾਂ ਦਾ ਕੀ ਨਾਮ ਆ। ਇੱਥੇ ਗੋਰਿਆਂ ਦੀ ਪਾਰਟੀ ਚੱਲ ਰਹੀ ਸੀ, ਇਕੱਠੇ ਹੋ ਕੇ ਪਾਰਟੀ ਕਰ ਰਿਹਾ, ਅਤੇ ਪਰ ਇਹਨਾਂ ਨੇ ਅੱਗ ਵੀ ਮਚਾਈ ਹੋਈ, ਇੱਥੇ ਚਿਕਨ ਰਾੜ ਰਹੇ ਆ। ਇੱਥੋਂ ਚੱਲੇ ਹੁਣ ਅੱਗੇ, ਇਹ ਦੇਖੋ ਮੇਰੇ ਸੱਜੇ ਹੱਥ ਦੀ ਦੇਖ ਰਹੇ, ਜਿਵੇਂ ਇਹ ਸਾਈਕਲ 'ਤੇ ਸਟੰਟ ਕਰਨ ਲਈ ਜਾਂ ਕੁਛ ਵੀ ਇੱਦਾਂ ਜਵਾਕਾਂ ਦੇ ਖੇਡਣ ਲਈ ਬਣਾਇਆ ਹੋਇਆ, ਪਰ ਇੱਥੇ ਸਾਰੀ ਖੇਡੀ ਜਾਂਦੇ। ਉਹ ਦੇਖੋ ਜਿੱਦਾਂ ਜਵਾਕ ਦੀ ਕਿੱਦਾਂ ਇੱਥੇ ਸਾਈਕਲ ਭਜਾ ਰਹੇ ਆ, ਅਤੇ ਇਹੀ ਕਿਤੇ ਆਪਣੇ ਇੱਦਾਂ ਕਰਦੇ ਹੋਣ ਅਤੇ ਕਹਿੰਦੇ ਆ ਵੀ ਕਿਉਂ ਸਾਈਕਲ ਭੰਨਣਾ ਲਿਆ, ਹੋਰ ਵੀ ਨਹੀਂ ਦਵਾ ਕੇ ਦੇਣਾ ਜੇ ਟੁੱਟ ਗਿਆ। ਅਤੇ ਇਹ ਵਿੱਚ ਦੇਖੋ ਤੁਸੀਂ ਟਾਇਰਾਂ ਵਾਲੇ ਬੂਟ ਨਾ ਜਿੱਦਾਂ ਕਰ ਰਿਹਾ ਨਾ, ਇਹ ਚੀਜ਼ਾਂ ਬਹੁਤ ਕਰਦੇ ਇੱਥੇ। ਇਹ ਚੀਜ਼ਾਂ ਜਵਾਕਾਂ ਨੂੰ ਵੀ ਬਹੁਤ ਜ਼ਿਆਦਾ ਇਹੀ ਸਿਖਾਉਂਦੇ ਆ ਜ਼ਿਆਦਾਤਰ, ਇਹਦਾ ਛੋਟਾ ਜਵਾਕ ਹੋਣਾ ਤਾਂ ਕਰਕੇ ਇੱਥੇ ਖੜ੍ਹੀ ਆ, ਜਿਹੜਾ ਮੇਰੇ ਖਿਆਲ ਨਾਲ ਸ਼ੈਂਗਲੀ ਚਲਾ ਰਿਹਾ ਉਹ। ਅਤੇ ਇਹ ਚੀਜ਼ਾਂ ਕਰਕੇ ਆ ਵੀ ਇਹਨਾਂ ਦੇ ਜਵਾਕਾਂ ਦਾ ਧਿਆਨ ਵੀ ਹੈ ਨਹੀਂ ਇਹਨਾਂ ਫੋਨਾਂ ਫਾਨਾਂ ਵੱਲ, ਠੀਕ ਆ ਘੱਟ ਆ, ਅਤੇ ਇਹੋ ਜਿਹੀਆਂ ਚੀਜ਼ਾਂ ਸਪੈਸ਼ਲ ਇਹਨਾਂ ਨੇ ਬਣਾਈਆਂ ਹੋਈਆਂ। ਜਾਂ ਇਹ ਦੇਖੋ ਜਿੱਦਾਂ ਇਹਨੇ ਵੀ ਬਹੁਤ ਸਾਈਕਲ ਭੰਨਿਆ, ਮੈਂ ਕਾਫੀ ਟਾਈਮ ਤੋਂ ਦੇਖੀ ਜਾਂਦਾ ਇਹਨੂੰ, ਅਤੇ ਅਸੀਂ ਜਦੋਂ ਕਿਤੇ ਇੱਦਾਂ ਕਿੱਦਾਂ ਕਰਦੇ ਸੀ ਮਾੜਾ ਮੋਟਾ ਅੱਗਾ ਉੱਗਾ ਚੁਕਾ ਦੇਣਾ, ਸਾਈਕਲ ਤਾਂ ਸਾਡੇ 'ਤੇ ਕੋਟੀ ਪੈਂਦੀ ਰਹੀ ਆ। ਪਰ ਇਹ ਦੇਖੋ ਇੱਦਾਂ ਕਰਕੇ ਇਹੋ ਜਿਹੀਆਂ ਚੀਜ਼ਾਂ ਇਹ ਜ਼ਿਆਦਾਤਰ ਸਿੱਖਦੇ, ਅਤੇ ਇਹਨਾਂ 'ਤੇ ਕੰਪੀਟੀਸ਼ਨ ਵੀ ਹੁੰਦੇ ਆ। ਅਤੇ ਥੋੜ੍ਹਾ ਜਿਹਾ ਹਨੇਰਾ ਹੋ ਗਿਆ ਸੀ ਇਹਦੇ ਕਰਕੇ ਥੋੜ੍ਹੀ ਵੀਡੀਓ ਇੱਥੇ ਥੋੜ੍ਹੀ ਖਰਾਬ ਬਣੀ ਆ, ਪਰ ਉੱਦਾਂ ਇਹ ਸਟੰਟ ਜੇ ਕਰ ਰਹੀ ਮੈਂ ਉਹ ਦਿਖਾਉਣ ਮਾਰੇ ਨੇ, ਵੀਡੀਓ ਬਣਾ ਲਈ ਮੈਂ। ਦੇਖੋ ਅੱਗੇ ਇੱਧਰ ਇਹ ਜਵਾਕਾਂ ਦਾ ਬਣਿਆ ਹੋਇਆ, ਇੱਧਰ ਹੈ ਨਹੀਂ ਸੀ ਕੋਈ ਰੋਲਰ ਆ ਅਤੇ ਜਾਂ ਸਕੇਟਬੋਰਡ ਆ, ਜਿਹੜੀ ਸਕੇਟਬੋਰਡ ਚਲਾ ਰਹੇ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਕੰਪੀਟੀਸ਼ਨ ਹੁੰਦੇ, ਯੂਕਰੇਨ ਮੈਂ ਕੰਪੀਟੀਸ਼ਨ ਵੀ ਦੇਖਿਆ ਸੀ ਇਹਨਾਂ ਦਾ ਹੋਇਆ ਸੀਗਾ, ਅਤੇ ਉੱਥੇ ਯੂਰਪ ਦੇ ਸਾਰੇ ਦੇਸ਼ਾਂ ਤੋਂ ਹਿੱਸਾ ਲੈਣ ਲਈ ਆਏ ਸੀ, ਅਤੇ ਇਹਦੇ ਕਰਕੇ ਮੈਨੂੰ ਰੁਕਣਾ ਪਿਆ। ਜਿਹੜਾ ਇਹ ਜਵਾਕ ਆ ਇਹ ਕਾਫੀ ਟਾਈਮ ਦਾ ਇੱਥੇ ਇਹ ਟਰਾਈ ਕਰ ਰਿਹਾ ਸੀ ਇਹਨੂੰ ਚਲਾਉਣ ਦੀ, ਅਤੇ ਪਰ ਇਹਦੇ ਹੱਥ ਨਹੀਂ ਆਉਂਦੀ, ਉਹ ਜਦੋਂ ਉੱਤੇ ਚੜ੍ਹਨ ਲੱਗਦਾ ਉਹ ਅੱਗੇ ਭੱਜ ਜਾਂਦਾ, ਇਹਦਾ ਰੋਲਰ ਆ ਜਿਹੜਾ। ਕਾਫੀ ਟਾਈਮ ਖਬਜੀ ਗਿਆ ਇਹਦੇ ਨਾਲ।
ਕਾਫੀ ਟਾਈਮ ਡਿੱਗ ਡਿੱਗ ਕੇ ਅਤੇ ਇਹਨੇ ਇਹੀ ਹੱਲ ਕਰਿਆ ਵੀ ਸਿੱਧਾ ਤਾਂ ਚੱਲਣਾ ਨਹੀਂ ਗਾ ਅਤੇ ਇਹਨੂੰ ਇੱਦਾਂ ਹੀ ਤੋਰ ਲਾ। ਅਤੇ ਹੁਣ ਹਨੇਰਾ ਵੀ ਹੋ ਚੱਲਿਆ ਜੀ ਅਤੇ ਠੰਡ ਵੀ ਕਾਫੀ ਹੋ ਗਈ ਆ, ਟੈਂਪਰੇਚਰ ਆ ਜਿਹੜਾ 2 ਡਿਗਰੀ ਆ, ਅਤੇ ਇਸ ਲਈ ਹੁਣ ਘਰ ਚੱਲਿਆ ਮੈਂ, ਗਲਵਜ਼ ਨਹੀਂ ਲਗਾਇਆ ਗਾ। ਅਤੇ ਇਸ ਤੋਂ ਜਿਹੜਾ ਅਗਲਾ ਵਲੋਗ ਆਪਾਂ ਪਾਉਣ, ਉਹ ਬਹੁਤ ਘੈਂਟ ਆ, ਜਿੱਦਾਂ ਕਿ ਪੂਰਾ ਸਾਲ ਚੱਲਣ ਵਾਲਾ ਮੇਲਾ ਹੀ ਆ, ਉਹ ਜ਼ਰੂਰ ਦੇਖਿਓ। ਅਤੇ ਜਦੋਂ ਵੀ ਮੈਂ ਪਾਊਂਗਾ ਤੁਹਾਡੇ ਕੋਲ ਵੀਡੀਓ ਆ ਜਾਏ, ਨੋਟੀਫਿਕੇਸ਼ਨ ਆ ਜਾਏ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ। ਪਹਿਲਾਂ ਵਾਲੇ ਵਲੋਗਾਂ ਨੂੰ ਵੀ ਵਲੋਗ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ, ਅਤੇ ਸਾਰਿਆਂ ਧੰਨਵਾਦ। ਮਿਲਦੇ ਜੀ ਫਿਰ ਅਗਲੇ ਵਲੋਗ 'ਚ।